ਕੱਲ ਸੜਕ ਦੇ ਉੱਤੇ ਸ਼ਰੇਆਮ ਲਹਿਰਾ ਰਹੇ ਸੀ ਹਥਿਆਰ ਤੇ ਹੁਣ ਦੇਖੋ ਪੁਲਿਸ ਨੇ ਫੜ ਕੇ ਕੀ ਕੀਤਾ ਇਹਨਾਂ ਦਾ ਹਾਲ। ਜਿਉਂ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਮੁੰਡੇ ਬਾਈਕ ਤੇ ਜਾਂਦੇ ਸਮੇਂ ਹੱਥਾਂ ਦੇ ਵਿੱਚ ਹਥਿਆਰ ਲਹਿਰਾ ਰਹੇ ਸੀ ਅਤੇ ਸਪੀਡ ਦੇ ਉੱਤੇ ਜਾ ਰਹੇ ਸੀ। ਹਾਲਾਂਕਿ ਇਸ ਦੀ ਵੀਡੀਓ ਜੋ ਉੱਥੋਂ ਦੇ ਵਿਧਾਇਕ ਸੀ ਉਹਨਾਂ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਸੀ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ। ਹਾਲਾਂਕਿ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਹਰਕਤ ਦੇ ਵਿੱਚ ਆਈ ਤੇ ਇਹਨਾਂ ਮੁੰਡਿਆਂ ਦੀ ਪਹਿਚਾਣ ਕੀਤੀ ਗਈ ਜਿਸ ਦੇ ਵਿੱਚੋਂ ਦੋ ਨੂੰ ਤਾਂ ਫੜ ਲਿਆ ਗਿਆ ਤੇ 18 ਦੇ ਉੱਤੇ ਕੁੱਲ ਮਾਮਲਾ ਦਰਜ ਕੀਤਾ ਗਿਆ। ਤਾਂ ਖਬਰ ਅਬੋਹਰ ਤੋਂ ਸਾਹਮਣੇ ਆਈ ਸੀ ਜਿੱਥੋਂ ਦੇ ਵਿਧਾਇਕ ਸੰਦੀਪ ਜਾਖੜ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਸੀ ਜਿਸ ਦੇ ਵਿੱਚ ਕੁਝ ਮੁੰਡੇ ਹਥਿਆਰ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਸੀ। ਦੱਸਿਆ ਜਾ ਰਿਹਾ ਕਿ ਕਾਲਜ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਇਹ ਸਾਰੇ ਹੀ ਮੁੰਡੇ ਇਕੱਠੇ ਹੋਏ ਸੀ ਅਤੇ ਇਹਨਾਂ ਦੇ ਕੋਲ ਸਾਰਿਆਂ ਦੇ ਕੋਲ ਹੀ ਤੇਜ਼ ਧਾਰ ਹਥਿਆਰ ਸੀ ਤੇ ਜਦੋਂ ਇਹ ਬਾਈਕ ਦੇ ਉੱਤੇ ਜਾ ਰਹੇ ਸੀ ਤਾਂ ਇਹਨਾਂ ਦੇ ਵੱਲੋਂ ਸ਼ਰੇਆਮ ਹਾਈਵੇ ਦੇ ਉੱਤੇ ਹਥਿਆਰ ਲਹਿਰਾਏ ਗਏ ਤੇ ਇਸ ਵੀਡੀਓ ਨੂੰ ਲੈ ਕੇ ਜਿੱਥੇ ਲਗਾਤਾਰ ਸਵਾਲ ਉੱਠ ਰਹੇ ਸੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਜਾਗੀ ਹੈ ਤੇ 18 ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਤਾਂ ਪੁਲਿਸ ਦੇ ਵੱਲੋਂ ਦੇਖੋ ਕੀ ਕੀਤਾ ਹੋਇਆ ਇਹਨਾਂ ਦਾ ਹਾਲ ਤੁਹਾਨੂੰ ਦੱਸ ਦਈਏ ਕਿ ਅਬੋਹਰ ਦੀ ਇਹ ਵੀਡੀਓ ਦੱਸੀ ਜਾ ਰਹੀ ਸੀ ਜਿਸ ਦੇ ਵਿੱਚ ਪਹਿਲਾਂ ਤਾਂ ਇਹਨਾਂ ਮੁੰਡਿਆਂ ਦੇ ਵੱਲੋਂ ਹਥਿਆਰ ਲਹਿਰਾਏ ਗਏ ਤੇ ਜਦੋਂ ਪੁਲਿਸ ਹਰਕਤ ਦੇ ਵਿੱਚ ਆਈ ਤਾਂ ਦੇਖੋ ਇਹਨਾਂ ਦਾ ਕੀ ਹਾਲ ਕਰ ਦਿੱਤਾ।